ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਕਰਦੇ ਹਾਂ ਜਸਟਰੀ ਨੂੰ ਵਲੌਗ ਚੈਨਲ ਤੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਆਹ ਵੇਖੋ, ਇੱਧਰ ਮੈਚਿੰਗ ਕੀਤੀ ਸੀ ਮੇਰੇ ਨਾਲ ਅੱਜ ਨੇ, ਇਹਨਾਂ ਨੇ ਜਸਟਰੀ ਤੋਂ ਵੀ ਬਦਲਿਆ ਬਦਲਿਆ ਲੱਗਦਾ ਹੋਊਗਾ, ਗਰਮੀ ਹੋ ਗਈ ਜ਼ਿਆਦਾ ਤੇ ਵਾਲ ਵਾਲੇ ਘਟਾਤੇ ਆਪਾਂ, ਜ਼ਿਆਦਾ ਹੀ ਹੋ ਗਏ ਸ਼ਾਰਟ ਮੈਂ ਜਮਾ ਹੀ ਛੋਟ ਕਰਨ ਲੱਗਾ ਸੀਗਾ, ਪੈਂਦੇ ਦੋ ਨੰਬਰ ਦੀ ਮਸ਼ੀਨ ਕੁਝ ਲਾਉਣ ਲੱਗਾ ਸੀਗਾ, ਇਹ ਬਾਪੂ ਗੱਲ ਪੈ ਗਿਆ, ਕਹਿੰਦਾ ਰਹਿਣ ਦੇ, ਕਹਿੰਦਾ ਭੈੜਾ ਲੱਗੇਗਾ। ਓਕੇ ਆਏ, ਇੱਕ ਨਾ ਕੱਲ੍ਹ ਤੋਂ ਕੱਲ੍ਹ ਦੀ ਐਕਸਰਸਾਈਜ਼ ਸਟਾਰਟ ਕੀਤੀ ਆ, ਲਾ ਲਈ ਜ਼ਿਆਦੇ, ਹੁਣ ਕੀ ਕਹਿੰਦੇ ਖੱਲੀਆਂ ਹੋਈਆਂ ਕੜੱਲਾਂ ਇੰਨੀਆਂ ਪੈ ਗਈਆਂ, ਆਪਦਾ ਮੂੰਹ ਵੀ ਨਹੀਂ ਧੋਤਾ ਜਾਂਦਾ, ਪੁੱਛੋ ਨਾ ਜੇ ਡਾਂਗਣਾ ਘੁੱਟਿਆ ਹੁੰਦਾ, ਇੱਦਾਂ ਹੋ ਗਿਆ ਨਾ। ਮੈਕਸ ਲਾ ਲਈ ਐਕਸਰਸਾਈਜ਼, ਲਾ ਲਈ ਜ਼ਿਆਦੇ, ਠੀਕ ਆ। ਪਹਿਲਾਂ ਆਪਾਂ ਡਾਇਟਿੰਗ 'ਤੇ ਸੀਗੇ ਤੁਹਾਨੂੰ ਪਤਾ ਹੈ ਨਾ, ਐਕਸਰਸਾਈਜ਼ ਸ਼ੁਰੂ ਨਹੀਂ ਕੀਤੀ ਸੀ, ਹੁਣ ਨਾਲ ਐਕਸਰਸਾਈਜ਼ ਸ਼ੁਰੂ ਕਰਤੀ, ਹੁਣ ਸੁਣ ਤਾਂ ਸੁਭਾਅ ਡਬਲ ਹੋਊਗਾ, ਆਪਾਂ ਡਬਲ ਵੇਟ ਘੱਟ ਕਰਨਾ। ਓਕੇ, ਅਤੇ ਜਿੰਨਾ ਮਰਜ਼ੀ ਆਪਣੇ ਘਰ ਸਫਾਈਆਂ ਕਰ ਲਈਏ, ਅਤੇ ਪਰ ਆਪਣੇ ਕੂੜਾ ਨਿਕਲਣੋਂ ਨਹੀਂ ਹਟਦਾ, ਜਦੋਂ ਵੀ ਘਰ ਹੋਈਦਾ ਕੂੜਾ ਨਿਕਲਿਆ, ਅੱਜ ਵੀ ਹੈ ਨਾ, ਜਦੋਂ ਵੀ ਘਰ ਹੋਈਦਾ ਨਾ, ਕੁਛ ਨਾ ਕੁਛ ਸਵਾਰਨ ਦੀ ਕੋਸ਼ਿਸ਼ ਕਰੀ ਦੀ ਆ, ਜਾਂ ਆਹ ਕਰ ਲਈਏ, ਨਿੱਕੇ ਨਿੱਕੇ ਘਰ ਦੇ ਕੰਮ ਉਹ ਕਰ ਲਏ, ਇਹਦੇ ਨਾਲ ਚੀਜ਼ ਸੋਹਣੀ ਬਣ ਜਾਂਦੀ ਹੈ ਨਾ, ਅਤੇ ਬਹੁਤ ਜ਼ਿਆਦਾ ਗੰਦ ਛਿਦਰਿਆ ਪਿਆ ਸੀ ਇੱਧਰ ਬਰਾਂਡੇ ਦੇ ਵਿੱਚ, ਠੀਕ ਉਹ ਲੈਣਿਆਂ ਦਾ ਘੱਟਾ ਚੜ ਗਿਆ, ਪਹਿਲਾਂ ਤਾਂ ਭਰੇ ਡਰੰਮ ਕਣਕ ਵਾਲੇ, ਜਿਹੜਾ ਆਪਣਾ ਮੇਨ ਜੱਟਾਂ ਦਾ ਕੰਮ ਹੁੰਦਾ ਕਿ ਕਣਕ ਵਾਲੇ ਡਰੰਮ ਭਰ ਲਏ, ਅਤੇ ਉਹ ਕੰਮ ਨਿਬੜ ਗਿਆ, ਤਕਰੀਬਨ ਸਾਰੇ ਕੰਮ ਹੀ ਨਿਬੜ ਗਏ ਹੈ ਨਾ। ਹਾਂ, ਹੁਣ ਝੋਨੇ ਦੀ ਪਨੀਰ ਮੂਰੀ ਦੀ ਬੀਜਣ ਦੀ ਤਿਆਰੀ ਹੋ ਜਾਣੀ ਆ, ਚੱਲੀ ਜਾਣਾ, ਰੋਜ਼ ਕਹੀਦਾ ਵੀ ਆਹ ਕੰਮ ਕਰਕੇ ਹੁਣ ਫ੍ਰੀ ਹੋ ਜਾਵਾਂਗੇ, ਪਰ ਰੋਜ਼ ਦੀ ਰੋਜ਼ ਅੱਗੇ ਕੁਛ ਨਾ ਕੁਛ ਨਵਾਂ ਆਇਆ ਹੁੰਦਾ, ਮੁੱਕਦੀ ਗੱਲ ਹੈ, ਜਿੰਨਾ ਚਿਰ ਜਾਣਾ ਵੀ ਉਨਾ ਚਿਰ ਕੰਮ ਨਹੀਂ ਮੁੱਕਣੇ, ਸਹੀ ਹੈ ਨਾ, ਸੋਹਾ ਤਰੱਸਾ ਸਿਰੇ 'ਤੇ ਗੰਢ, ਅਤੇ ਇਹ ਨਹੀਂ ਨਿਬੜਨੇ ਕੰਮ। ਲਓ ਜੀ, ਦੇਖੋ ਖਲਾਰੇ, ਕਿਵੇਂ ਮਾਂ, ਸੈੱਟ ਆ, ਅੱਜ ਗਰਮ ਹੋਈ ਫਿਰਦੀ ਸੀ ਸਵੇਰੇ ਸਾਰੇ, ਗਰਮੀ ਚੜਾ ਦਿੰਦੇ ਤੁਸੀਂ, ਕੀ ਕਰ ਗਏ ਹੋਰ, ਕੀ ਕਿੰਨਾ ਦੇਖੋ ਢੇਰ ਦੇਖੋ, ਹੌਲਾ ਹੋ ਗਿਆ, ਮਗਰ ਸਹੀ ਗੱਲ ਆ, ਪਹਿਲਾਂ ਜੀਦਾ ਹੀ ਕੁਛ ਨਹੀਂ ਸੀ, ਹੋਰ ਕੀ, ਬਹੁਤ ਬੁਰਾ ਹਾਲ, ਪੰਡਾਂ ਦੀਆਂ ਪੰਡਾਂ ਭਲਾ ਸੀਰੇ ਦੇ ਲੀੜੇ ਨਿਕਲੇ ਗੱਲਾਂ ਖੁੰਜਿਆਂ ਚ ਬਹੁਤ ਜ਼ਿਆਦਾ, ਅੱਜ ਖਾੜਾ ਗਰਮ ਹੋਇਆ ਫਿਰਦਾ ਸਵੇਰੇ ਸਵੇਰੇ, ਮਹਾਂ ਟਕਾਇਆ ਟਕੂਇਆ ਕਹਿ ਕਵਾ ਕੇ, ਬੰਦੇ ਬੁੰਦੇ ਪਵਾ ਕੇ, ਬੇਬੇ ਠੰਡੀ ਕੀਤੀ ਹੈ, ਬੇਬੇ ਗਰਮ ਹੋ ਗਈ ਸੀ, ਮੈਂ ਵੀ ਅੱਕੇ ਨੇ ਕਹਿ ਦਿੱਤਾ ਬਾਪੂ, ਮੈਂ ਬਾਪੂ ਇਹ ਤੂੰ ਕਿੱਥੋਂ ਲੈ ਕੇ ਕਿੱਥੋਂ ਆਇਆ ਤੂੰ, ਇਹ ਤਾਂ ਗੱਲ ਬੇਬੇ ਤੇਰੀ ਸਹੀ, ਸਹੀ ਗੱਲ ਆ ਬੇਬੇ ਤੇਰੀ, ਬੇਬੇ ਲੱਖ ਰੁਪਏ ਦੀ ਗੱਲ ਕੀਤੀ, ਲੱਖ ਦੀ ਉਹ ਗੱਲ ਵੱਖਰੀ, ਲੱਖ ਸਾਰਾ ਪੱਲੇ ਪਾਇਆ, ਲੱਖ ਪੱਲੇ ਵੀ ਪਾਇਆ ਵੈਸੇ ਮੈਂ ਸਾਰਾ, ਕੀਤੀ ਗੱਲ ਲੱਖ ਦੀ ਵੀ, ਠੀਕ ਆ, ਅਤੇ ਚੱਲ ਫਿਰ ਹੁਣ ਕਿੰਨਾ ਕੰਮ ਰਹਿ ਗਿਆ ਆਪਣਾ, ਲਾ ਦੇਖੋ ਮੁੱਕਦੀ ਗੱਲ ਇਹ ਆ ਕਿ ਆਪਣੇ ਜਿਹੜੇ ਹੁੰਦੇ ਕਿ ਪਿੰਡਾਂ ਵਾਲਿਆਂ ਦੇ ਸਮਾਨ ਇਹੋ ਜਿਹਾ ਹੁੰਦਾ, ਕੁਛ ਸਮਾਨ ਨਾ ਸੁੱਟ ਸਕਦੇ ਨਾ ਰੱਖ ਸਕਦੇ ਹਾਂ, ਹੁਣ ਉੱਧਰੋਂ ਸਾਫ਼ ਕਰਕੇ ਇਹ ਇੱਧਰ ਰੱਖਤਾ, ਇੱਥੋਂ ਸਾਫ਼ ਕਰਕੇ ਉੱਧਰ ਰੱਖਤਾ, ਅੱਛਾ ਇਹ ਚੱਕਣਾ ਹੈ ਨਾ,
ਆ ਦੇਖੋ ਟਰਾਲੀ ਟਰੂਲੀ ਦੇ ਲਾਹਤੇ ਆ ਉੱਤੋਂ, ਤੇ ਟਰੈਕਟਰ ਵੀ ਆਪਣਾ ਬਣ ਗਿਆ। ਆਹ ਦੇਖੋ ਆਹ ਸਾਰਾ ਸਾਫ਼ ਸੂਫ ਕਰਨਾ ਯਾਰ, ਵਾਧੂ ਘੱਟ ਬੋਰੀਆਂ ਵੇਚ ਦੇਣੀਆਂ ਚੱਕ ਕੇ। ਅਤੇ ਆਹ ਦੇਖੋ ਹਾਲਾਂ ਦੇ ਉੱਤੇ ਕੀ ਕੁਛ ਪਿਆ, ਲੱਕੜ ਲੱਕੇ ਸਾਰੇ ਬਾਲਣ ਜਾਲੇ ਪਾਸੇ ਸੁੱਟਾਂਗੇ। ਲਓ ਜੀ ਇਹਨਾਂ ਦੇ ਨਜ਼ਾਰੇ ਆ, ਉੱਪਰ ਪੱਖਾ ਚੱਲੀ ਜਾਂਦਾ, ਮੌਜ ਨਾਲ ਬੈਠੀਆਂ ਮੈਟਾਂ 'ਤੇ। ਮੌਸਮ ਹੋ ਗਿਆ ਚੇਂਜ, ਹੁਣ ਗਰਮੀ ਆ ਗਈ ਆ, ਲਾਈਟ ਤਾਂ ਜਾਣੂ ਹਟ ਗਈ, ਹੁਣ ਦਿਨ ਰਾਤ ਲਾਈਟ ਰਹਿੰਦੀ ਆ। ਪਹਿਲਾਂ ਨੂੰ ਕਣਕਾਂ ਵੱਢਦੇ ਕਰਕੇ ਅਤੇ ਲਾਈਟ ਬੰਦ ਰਹਿੰਦੀ ਸੀ, ਹੁਣ 3 ਦਿਨ ਤੋਂ ਲਾਈਟ ਨਹੀਂ ਗਈ ਬਿਲਕੁਲ ਵੀ। ਦੇਖੋ ਹਾਲ ਕਿੰਨਾ, ਸਮਾਨ ਵਿੱਚੋਂ ਵਾਧੂ ਘਾਟੂ ਇੰਨਾ ਇਕੱਠਾ ਹੋਇਆ ਪਿਆ ਹੁੰਦਾ ਇੱਥੇ। ਦੇਖੋ ਸੰਨਾਂ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ, ਇੰਨੀ ਸਫਾਈ ਰੱਖਦੇ ਘਰ ਦੇ ਵਿੱਚ ਅਤੇ ਫਿਰ ਵੀ ਕਿੰਨਾ ਘੱਟਾ ਚੜਿਆ ਹੋਇਆ। ਦੇਖੋ ਤਾਂ ਤੱਕ ਖੁੱਡੀ ਦੀ ਛੱਤ ਦੇਖੋ, ਇੱਧਰ ਤੂੜੀ ਅੰਦਰ ਪਾਈ ਸੀ, ਸਾਰਾ ਇੰਨਾ ਭਰ ਗਿਆ ਹੈ। ਪੰਡ ਭਰ ਗਈ ਆ ਮਚਾਉਣ ਵਾਲੇ ਕੂੜੇ ਦੀ, ਸਾਰਾ ਇੱਦਾਂ ਦੇਖੋ। ਹੁਣ ਜੇ ਆਪਾਂ ਇਹਨੂੰ ਕਈ ਰੂੜੀਆਂ 'ਤੇ ਸਿੱਟ ਦਿੰਦੇ, ਜੇ ਰੂੜੀਆਂ ਸਿੱਟ ਦੇਈਏ ਤਾਂ ਫਿਰ ਇਹ ਨਾ ਇਹ ਗਲਣਾ, ਇਸੇ ਕਰਕੇ ਜਿੰਨਾ ਇਹਦਾ ਅੱਗ ਲੱਗਣ ਵਾਲਾ ਸਮਾਨ ਹੁੰਦਾ ਸਾਰਾ ਜਲਾ ਦਿਆ ਕਰੋ। ਦੇਖੋ ਕਿੰਨਾ ਗੰਦ ਪਿਆ ਹੋਇਆ ਸੀਗਾ। ਅੱਜ ਆਏ ਹਾਂ ਸੀਰੇ ਡਾਉਣ ਦੇ ਪੱਠੇ ਬੀਜਣ ਆਪਾਂ। ਡਾਉਣ ਉਹ ਸੀਰਾ ਕਿਵੇਂ ਆ ਬਾਪੂ ਕੇ ਪੱਠੇ ਬੀਜਣ ਆਏ ਹਾਂ ਅੱਜ ਇੱਥੇ ਆਪਾਂ ਚਰੀ। ਅਤੇ ਟਾਈਮ ਹੋ ਗਿਆ ਸਵੇਰ ਦੇ 5:30-6 ਦਾ, ਅਤੇ ਫਿਰ ਕੱਲ੍ਹ ਸ਼ਾਮੀ ਬੀਜਣੇ, ਕੱਲ੍ਹ ਸ਼ਾਮੀ ਟਾਈਮ ਨਹੀਂ ਲੱਗਾ। ਅਤੇ ਹੁਣ ਆਪਾਂ ਸੁਬਹਾ ਸੁਬਹਾ ਪੱਠੇ ਬੀਜਣ ਵਾਲਾ ਪਹਿਲਾਂ ਇਹ ਕੰਮ ਨਿਬੇੜਨਾ, ਠੀਕ ਆ। ਅਤੇ ਬਾਪੂ ਜੀ ਦੇ ਰਿਹਾ ਛੱਟਾ, ਸੀਰਾ ਖੇਤਾਂ 'ਚ ਕੰਮ ਕਰਦਾ ਹੋਇਆ ਸਵੇਰੇ ਸਵੇਰੇ, ਅਤੇ ਉੱਧਰ ਬਾਪੂ ਜੀ ਛੱਟਾ ਦੇ ਰਹੇ ਆ, ਜਾਣ ਕੇ ਡੈਡੀ ਜੀ ਦੇ ਚਾਚਾ ਜੀ। ਹੁਣ ਤੁਸੀਂ ਕਹੋਗੇ ਬਈ ਛੱਟਾ ਤੁਸੀਂ ਆਪ ਦਿਓ, ਪਰ ਮੇਰਾ ਛੱਟਾ ਦਿੱਤਾ ਜਿਵੇਂ ਪੁਰਾਣੇ ਬੰਦੇ ਆ ਇਹ, ਇਹਨਾਂ ਨੂੰ ਐਂ ਹੁੰਦਾ ਕਿ ਬਈ ਅਸੀਂ ਆਪ ਹੀ ਦੇਵਾਂਗੇ ਛੱਟਾ, ਤੁਹਾਨੂੰ ਸਹੀ ਨਹੀਂ ਆਉਣਾ, ਠੀਕ ਆ। ਦੇਖੋ ਇਹ ਬਾਪੂ ਦੀ ਉਮਰ ਹੋ ਗਈ ਆ 80 ਸਾਲਾਂ ਵਾਂਗੂ, ਅਤੇ ਪਰ ਇਹ ਨਾ ਇਹ ਕਿਸੇ ਦੀ ਰੇਹ ਪਾਈ ਪਸੰਦ ਕਰਦੇ ਆ, ਅਤੇ ਨਾ ਕਿਸੇ ਦਾ ਛਿੱਟਾ ਦਿੱਤਾ ਪਸੰਦ ਕਰਦੇ ਆ। ਅਤੇ ਇਸ ਉਮਰ ਦੇ ਵਿੱਚ ਵੀ ਨਾ ਇਹਨਾਂ ਦਾ ਗੋਡਾ ਦੁਖਦਾ, ਨਾ ਕੋਈ ਮੋਢਾ ਦੁਖਦਾ। ਆਮ ਜਾਣੀ ਕਿ ਮੁੰਡੇ ਨਾਲ ਜ਼ਿਆਦਾ ਹਿੰਮਤ ਆ, ਆਪਣੇ 'ਚ ਇੰਨੀ ਹਿੰਮਤ ਨਹੀਂ ਹੈਗੀ ਜਿੰਨੀ ਇਹਨਾਂ 'ਚ ਹਿੰਮਤ ਆ। ਅਤੇ ਬਾਪੂ ਦੀ ਤੋਰ ਤੁਸੀਂ ਦੇਖ ਹੀ ਸਕਦੇ ਹੋ, ਦੇਖੋ ਚਾਲ ਠੀਕ ਆ। ਆਹ ਕਿਹੜਾ ਘੱਟ ਆ ਕਿਸੇ ਤੋਂ, ਓਏ ਡੌਣ ਅੱਜ ਨਹੀਂ ਬੋਲਦਾ, ਬਾਪੂ ਆ ਕੋਲੇ ਹਨਾ, ਓਏ ਹੈ ਓਏ ਇਹ ਤਾਂ ਮੈਂ ਵਾਧੂੰਗਾ, ਤੇ ਬਾਪੂ ਕਰਕੇ ਨਹੀਂ ਬੋਲਦਾ ਏ, ਘਰੇ ਤਾਂ ਲਗਾਲਾ ਹੀ ਕੱਢੀ ਜਾਂਦਾ ਉਹਨਾਂ ਕਿਤੇ ਪੈਗ ਲਾ ਕੇ। ਇਹ ਸੀਰਾ ਤੇ ਇਹ ਹੈਗਾ ਬਾਪੂ ਜੀ, ਇੱਧਰ ਉੱਧਰ ਸੂਰਜ ਚੜ੍ਹਦਾ ਪਿਆ ਪੂਰਾ, ਇੱਧਰ ਬੀਜੇ ਜਾ ਰਿਹਾ ਪੱਠੇ। ਲਓ ਵੀ ਪੈਲੀ ਵਾਹੀ ਗਈ ਆ ਪੱਠਿਆਂ ਦਾ ਥਾਂ, ਅਤੇ ਹੁਣ ਆਪਾਂ ਸੁਹਾਗਾ ਪਾ ਲਿਆ ਹਲਾਂ ਦੇ ਮਗਰ ਹੀ। ਸੁਹਾਗਾ ਥੋੜ੍ਹਾ ਜਿਹਾ ਹੁਣ ਭਾਰਾ ਜ਼ਿਆਦਾ ਆ, ਅਤੇ ਗੇੜੇ ਥੋੜ੍ਹੇ ਦੇਣ ਵਾਲੇ, ਮੈਂ ਕਿਹਾ ਚੱਲ ਮਗਰ ਹੀ ਪਾ ਲਈਏ।
ਪਰ ਟਰੈਕਟਰ ਮੋੜਨ ਵੇਲੇ ਔਖਾ ਹੋਊਗਾ, ਹਵਾਇਆ ਵੀ ਲੰਮਾ ਹੋ ਜਾਂਦਾ ਨਾ, ਅਤੇ ਉਹ ਟਰੈਕਟਰ ਜਿੱਦਾਂ ਆਪਾਂ ਮੋੜ ਤੋਂ ਮੋੜਦੇ ਹਾਂ ਅਤੇ ਉਹ ਟਰੈਕਟਰ ਔਖਾ ਹੁੰਦਾ। ਅਜੇ ਦੋ ਕਨਾਲ ਪੱਠੇ ਆ, ਇੱਧਰ ਆਪਾਂ ਮਾਰਨਾ ਨਹੀਂ ਗਾ ਕਿਉਂਕਿ ਇੱਧਰ ਛਿੱਟਾ ਨਹੀਂ ਦਿੱਤਾ ਹੋਇਆ, ਰਹਿਣ ਦੇ ਛੱਡ ਦੇ ਬਸ ਕੋਈ ਗੱਲ ਨਹੀਂ। ਹੁਣ ਆ ਗਏ ਆਪਾਂ ਘਰੇ ਅਤੇ ਇੱਕ ਚੀਜ਼ ਦੱਸਿਓ ਯਾਰ ਵੀ ਆਹ ਪ੍ਰੋਬਲਮ ਕਿਹਦੇ ਕਿਹਦੇ ਆ ਰਹੀ ਆ ਕਿ ਇੰਨਾ ਕੁ ਜ਼ਿਆਦਾ ਇਹਨੂੰ ਫਲ ਲੱਗਾ ਹੋਇਆ ਸੀਗਾ ਅਮਰੂਦਾਂ ਨੂੰ, ਆਹ ਜਿੰਨਾ ਕਿਰਿਆ ਹੋਇਆ ਇਹ ਸਾਰਾ ਫਲ ਹੀ ਕਿਰਿਆ ਹੋਇਆ, ਸਾਰਾ ਇੰਨਾ ਜ਼ਿਆਦਾ ਝੜ ਰਿਹਾ ਅਤੇ ਲੱਗਿਆ ਵੀ ਹਜੇ ਬਹੁਤ ਗਿਆ ਇਹਨੂੰ, ਅਤੇ ਪਰ ਝੜੀ ਬਹੁਤ ਜ਼ਿਆਦਾ ਜਾਂਦਾ, ਪਤਾ ਨਹੀਂ ਕੀ ਚੱਕਰ ਕੀ ਹੈ। ਦੇਖੋ ਕਿੰਨਾ ਫਲ ਹਜੇ ਵੀ ਲੱਗਾ ਹੋਇਆ, ਜਾਂ ਤਾਂ ਫਲ ਹੱਦੋਂ ਹੀ ਜ਼ਿਆਦਾ ਲੱਗਾ ਪਿਆ ਸੀ ਇਹਨੂੰ, ਉਹ ਝੜ ਰਿਹਾ, ਉਹਨੇ ਪੱਤੇ ਨਹੀਂ ਜਿੰਨੇ ਹਜੇ ਵੀ ਫਲ ਲੱਗਿਆ ਹੋਇਆ ਅਤੇ ਹਜੇ ਝੜਿਆ, ਵੇਖ ਲਓ ਕਿੰਨਾ ਆ, ਰੋਜ਼ ਹੀ ਇੰਨਾ ਝੜਿਆ ਪਿਆ ਹੁੰਦਾ ਰੋਜ਼, ਦੇਖੋ ਕਿੰਨਾ ਖਿਲਰੇ ਹੋਏ ਨੇ, ਆ ਸਾਰੇ ਬੀਜ ਨੇ ਪੱਤੇ ਨਹੀਂ ਹੈਗੇ, ਇਹ ਸਾਰਾ ਫਲ ਹੀ ਆ, ਉੱਤੇ ਜਿਹੜਾ ਸੁੱਕੀ ਜਾਂਦਾ, ਸੁੱਕ ਕੇ ਥੱਲੇ ਡਿੱਗ ਗਈ ਜਾਂਦਾ, ਆ ਜਿਵੇਂ ਹਰੇ ਡਿੱਗਿਆ ਪਿਆ। ਜੇਕਰ ਸਲਿਊਸ਼ਨ ਕੋਈ ਹੋਇਆ ਦੱਸਿਓ ਯਾਰ, ਨਹੀਂ ਤਾਂ ਇੱਦਾਂ ਦਾ ਕੋਈ ਰਹਿਣਾ ਹੀ ਨਹੀਂ, ਜਿੱਦਾਂ ਹੁਣ 4-5 ਦਿਨ ਹੋ ਗਏ ਰੋਜ਼ ਇੰਨਾ ਡਿੱਗਿਆ ਹੁੰਦਾ ਇਹ, ਇੱਦਾਂ ਫਿਰ ਬੂਟੇ ਖਾਲੀ ਹੋ ਜੂ ਆਪਣਾ ਸਾਰਾ। ਗਰਮੀ ਹੋ ਗਈ ਆ ਬਹੁਤ ਜ਼ਿਆਦਾ ਅਤੇ ਪੱਠਿਆਂ ਦੀ ਵੀ ਜਾਨ ਨਿਕਲੀ ਪਈ ਸੀ, ਆ ਬੈਕ ਸਾਈਡ ਕੰਧ ਨਿਕਲ ਗਈ ਆ ਅਤੇ ਪੂਰਾ ਘੈਂਟ ਬਣ ਗਿਆ ਕੰਮ। ਹੁਣ ਆਹ ਜਿਹੜੀ ਜਗ੍ਹਾ ਨਾਲ ਪਈ ਹੈ ਨਾ ਆਪਣੀ, ਆਹ ਜਿਹੜੀ ਜਗ੍ਹਾ ਬਚੀ ਜਿਹੜੀ ਇੱਥੇ ਨਾਲ ਨਾਲ ਇੱਥੇ ਆਪਾਂ ਬੂਟੇ ਵਗੈਰਾ ਲਾਵਾਂਗੇ ਜਾਮਣਾ ਜੂਮਣਾ ਦੇ, ਹੁਣ ਹੋ ਜਾਣਗੇ। ਚਾਚਾ ਜੀ ਨੇ ਕੰਧ ਕੱਢ ਲਈ ਇੱਧਰ, ਠੀਕ ਆ, ਅਤੇ ਇੱਕ ਪਾਥੇ ਵਾਲਾ ਸ਼ੈੱਡ ਵੀ ਪੈ ਚੁੱਕਿਆ ਉਹ ਪਾਸੇ ਨਾਲ ਛੋਟਾ ਜਿਹਾ, ਅਤੇ ਪੂਰੀ ਸੋਹਣੀ ਜਗ੍ਹਾ ਬਣ ਗਈ ਹੈ ਨਾ। ਅਤੇ ਪਹਿਲਾਂ ਇੱਥੇ ਕੀ ਹੁੰਦਾ ਸੀਗਾ, ਘਾਹ ਫੂਸ ਬਹੁਤ, ਕੱਖ ਪਰਾਲੀ ਬਹੁਤ ਕੁਛ ਸੀਗਾ, ਕਿ ਅਵਾਰਾ ਹੀ ਬੂਟੇ ਬਹੁਤ ਉੱਗੀ ਜਾਂਦੇ ਸੀਗੇ ਅਤੇ ਕੰਡੇ ਕੁੰਡੇ ਸਾਰੇ ਪਏ ਸੀਗੇ ਉਹ ਅੱਗ ਉੱਗ ਲਾ ਕੇ, ਅਤੇ ਆ ਕੰਧ ਸੋਹਣੀ ਬਣ ਗਈ ਆ, ਅਤੇ ਆ ਥਾਂ ਆਪਣਾ ਜਿਹੜਾ ਸੀਗਾ ਇੱਥੇ ਬੂਟੇ ਉਦੋਂ ਮੈਂ ਤਾਂ ਹੀ ਨਹੀਂ ਲਾਏ ਸੀਗੇ ਕਿ ਜਦੋਂ ਕੰਧ ਕੱਢੀ ਤੁਹਾਨੂੰ ਪਤਾ ਕਿ ਪੜਦੇ ਪੁੱਟਦੇ ਆ ਉਦੋਂ ਫਿਰ ਵਿੱਚ ਟੁੱਟ ਜਾਂਦੇ ਹੈ ਨਾ, ਇਸੇ ਕਰਕੇ ਉਦੋਂ ਲਾਏ ਨਹੀਂ ਸੀ। ਹੁਣ ਆਪਾਂ ਇੱਥੇ ਲਾਵਾਂਗੇ, ਜਗ੍ਹਾ ਬਣ ਗਈ ਆ ਅਤੇ ਚਰੀ ਜਾਂਦੀ ਸੀ ਮੱਛੀ, ਅਤੇ ਖੇਤ ਵਾਲੀ ਚਰੀ ਇੱਕ ਚਾਚੇ ਕੀ ਬੀਜ ਜਾਂਦੀ ਆ, ਅਤੇ ਜਿਹੜੀ ਆਪਣੀ ਚਰੀ ਸੀਗੀ ਉਹ ਤੁਸੀਂ ਦੇਖ ਸਕਦੇ ਉਹਨੂੰ ਲੱਗੀ ਜਾਂਦਾ ਪਾਣੀ, ਅਤੇ ਉਹ ਸੀਰਾ ਵੀ ਨਾਲ ਹੀ ਆ ਗਿਆ, ਉਹ ਪਾਣੀ ਬੰਦ ਕਰੀ ਜਾਂਦਾ ਉਧਰਲੀ ਸਾਈਡ ਭਰ ਗਈ ਆ ਅਤੇ ਪਰੇ ਮੋਟਰ ਚੱਲੀ ਜਾਂਦੀ ਉਹ ਸਾਈਡ 'ਤੇ। ਓਕੇ, ਅਤੇ ਪੱਠੇ ਦੇਖੋ ਵੀ ਕਿੰਨੇ ਘੈਂਟ ਹੋ ਗਏ ਆਪਣੇ। ਦੇਖੋ ਆਹ ਹੈਗਾ ਆਪਣਾ ਜਿਹੜਾ ਘਰ ਦੇ ਕੋਲ ਖੇਤ ਆ, ਅਤੇ ਚਰੀ ਦੇਖੋ ਕਿੰਨੀ ਭਾਰੀ ਹੋ ਗਈ, ਹਜੇ ਇੱਕ ਪਾਣੀ ਲੱਗਾ ਇਹਨੂੰ, ਆਹ ਦੂਜਾ ਪਾਣੀ ਲੱਗ ਰਿਹਾ, ਅਤੇ ਜਿਹੜਾ ਇੱਧਰ 41-40 ਬੀਜਿਆ ਸੀਗਾ ਪਾਣੀ ਟੁੱਟ ਕੇ ਉਹਨੂੰ ਵੀ ਪੈ ਗਿਆ। ਸੋ ਪੁੰਗਰ ਦੀ ਆਉਂਦੀ ਪਰ ਉੱਗੇ ਹੋਊਗੀ ਚਰੀ, ਇਹ ਬਾਅਦ 'ਚ ਵਿਚਾਰੇ 40-41 ਬੀਜਿਆ ਸੀਗਾ, ਅਤੇ ਇਹ ਹੁਣ ਥੋੜ੍ਹਾ ਜਿਹਾ
ਬੀਜ ਵੀ ਜ਼ਿਆਦਾ ਪੈ ਗਿਆ ਸੀ ਇਹਦੇ 'ਚ, ਪਰ ਉੱਗ ਪੈਣੀ ਆ, ਪੁੰਗਰਦੀ ਆਉਂਦੀ ਸੀ ਉੱਤੋਂ ਦੀ ਪਾਣੀ ਲੱਗ ਗਿਆ, ਅਤੇ ਜੇ ਇਹਨੂੰ ਨਾ ਲਾਉਂਦੇ ਫਿਰ ਇਹਨੇ ਮੱਚੀ ਜਾਣਾ ਸੀ, ਹੁਣ ਇਕੱਠਾ ਹੀ ਪਾਣੀ ਲੱਗ ਗਿਆ ਅਤੇ ਇਕੱਠਾ ਹੀ ਫਿਰ ਦੁਬਾਰਾ ਲੱਗ ਜੂਗਾ। ਇੱਧਰਲੀ ਸਾਈਡ ਤਾਂ ਆਪਣੀ ਉਹ ਗੁੱਟ ਤੱਕ ਭਰ ਗਈ ਆ, ਐਨੂੰ ਪਾਣੀ ਨਿਕਲਦਾ ਆਉਂਦਾ ਸਾਲਾ, ਅਤੇ ਉਹ ਬੰਦਾ ਆਪਣਾ ਗਿਆ ਬੰਦ ਕਰਨ, ਵੀ ਜਿਹੜਾ ਨਿਕਲ ਕੇ ਇੰਨਾ ਕੁ ਭਰ ਹੀ ਜਾਣਾ ਆਪਣਾ। ਆਹ ਗੁੱਟ ਰਹਿ ਗਈ ਆ ਭਰਨ ਵੱਲੋਂ, ਬਹੁਤ ਜ਼ਿਆਦਾ ਗਰਮੀ ਆ, ਮੱਚੀ ਜਾਂਦੀ ਚਰੀ ਵੀ, ਹੁਣ ਇਸੇ ਪਾਣੀ ਦੇ ਨਾਲ ਇਹਨੇ ਪੂਰੀ ਛਾਂ ਕਰ ਜਾਣੀ ਆ, ਅਤੇ ਥੱਲੋਂ ਜਿਹੜਾ ਪਾਣੀ ਹੋਊਗਾ ਉਹ ਵੀ ਜਲਦੀ ਸੁੱਕਦਾ ਨਹੀਂ, ਕਿਉਂਕਿ ਉੱਪਰ ਛਾਂ ਕਰ ਲੈਣੀ ਪੱਠਿਆਂ ਨੇ। ਲੈ ਵੀ ਇੱਧਰ ਬਾਪੂ ਆਪਣਾ ਅੱਜ ਕਹਿੰਦਾ ਮੈਂ ਬੁਲਟ 'ਤੇ ਜਾਣਾ, ਮਾਰ ਕੱਕ ਫਿਰ ਕਰ ਜਵਾਨੀ ਯਾਦ, ਸੋ ਚਲਾ ਲਿਓ ਪਹਿਲਾਂ ਕਿ ਮੈਂ ਕਰਕੇ ਦਿਆਂ ਸਟਾਰਟ।